ফেস টু ফেস প্রোগ্রাম দেখ ਰਹੇ ਦਰਸ਼ਕਾਂ ਦਾ ਮੈਂ ਫਿਰ ਸਵਾਗਤ ਕਰਦਾ ਹਾਂ ਮੇਰੇ ਨਾਲ ਨੇ ਡਾਕਟਰ ਜੀ ਕੇ ਨੰਦਾ ਜਿਹੜੀ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਚ ਇੱਕ ਸਬਜੈਕਟ ਐਕਸਪਰਟ ਦੇ ਤੌਰ ਤੇ ਸੇਵਾਮੁਕਤ ਹੋਏ ਨੇ ਤੇ ਹੁਣ ਸਮਾਜ ਸੇਵਾ ਦੇ ਵਿੱਚ ਲੱਗੇ ਨੇ ਜਿਨ੍ਹਾਂ ਨੇ ਇੱਕ ਆਪਣੀ ਸੰਸਥਾ ਲੋਕਾਂ ਨਾਲ ਮਿਲ ਕੇ ਬਣਾਈ ਹੈ ਔਮਨ ਐਂਡ ਚਾਈਲਡ ਵੈਲਫੇਅਰ ਐਸੋਸੀਏਸ਼ਨ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਇੱਕ ਜਿਹੜੀ ਵਿਡੋ ਦੀ ਜਿਹੜੀ ਲਾਈਫ ਹੈ ਉਹਨਾਂ ਤੇ ਬਹੁਤ ਮੁਸ਼ਕਲਾਂ ਆਉਂਦੀਆਂ ਉਹਨਾਂ ਦੇ ਲਈ ਵੀ ਤੁਸੀਂ ਕੋਈ ਖਾਸ ਉਪਰਾਲਾ ਕੀਤਾ ਕਿ ਉਹਨਾਂ ਨੂੰ ਜੋ ਪ੍ਰੋਬਲਮਸ ਆ ਰਹੀਆਂ ਉਹਨਾਂ ਦੇ ਵਿੱਚ ਤੁਹਾਡੀ ਸੰਸਥਾ ਜਾਂ ਤੁਸੀਂ ਸਹਾਈ ਹੋ ਸਕੋ ਅਸੀਂ 80% ਕੰਮ ਇਹ ਹੀ ਕਰਦੇ ਆਂ ਜੀ ਵਿండోਸ ਵੀ ਹੈ ਵਿਡੋਅਰਸ ਵੀ ਹੈਗੇ ਆਂ ਦੂਸਰੇ ਕਪਲਸ ਵੀ ਆਉਂਦੇ ਨੇ ਬੱਚੇ ਵੀ ਆਉਂਦੇ ਨੇ ਅਸੀਂ ਬੱਚਿਆਂ ਵਾਸਤੇ ਜਿਸ ਤਰ੍ਹਾਂ ਸਪੋਰਟਸ ਵਗੈਰਾ ਦਾ ਇੰਤਜ਼ਾਮ ਕਰਾਉਂਦੇ ਆਂ ਬਾਕੀ ਜਿਹੜੀਆਂ ਜਿਸ ਤਰ੍ਹਾਂ ਮਤਲਬ ਸਪੋਜ਼ ਜਿਸ ਤਰ੍ਹਾਂ ਉਹ ਗੱਡੀ ਨਹੀਂ ਚਲਾਣੀ ਆਂਦੀ ਵਹੀਕਲ ਨਹੀਂ ਜਾ ਸਕਦੇ ਪ੍ਰੋਬਲਮ ਹੈਗੀ ਐ ਦਸਤੇ ਦਾ ਰਲ ਕੇ ਕਈ ਦਾ ਰਲ ਕੇ ਇਹ ਫਲਾਣੇ ਫਲਾਣੇ ਸੈਕਟਰ ਤੋਂ ਤੁਸੀਂ ਪਿਕਅਪ ਕਰ ਲਓ ਜਿਸ ਤਰ੍ਹਾਂ ਹੋਰ ਵੈਸੇ ਜਿਹੜੀ ਸਾਈਕੋਲੋਜੀਕਲ ਪ੍ਰੋਬਲਮਸ ਨੇ ਜਿਹੜੀਆਂ ਗੱਲਾਂ ਬੱਚੇ ਇੱਕ ਵਿਡੋ ਹੋਣ ਕਰਕੇ ਬੱਚਿਆਂ ਦੇ ਨਾਲ ਜਦੋਂ ਉਹਨਾਂ ਦੇ ਵਿਆਹ ਹੋ ਜਾਂਦੇ ਨੇ ਕਈ ਪ੍ਰੋਬਲਮਸ ਆndੀਆਂ ਨੇ ਪਰ ਬੱਚਿਆਂ ਨੂੰ ਅੱਜ ਕੱਲ੍ਹ ਉਹ ਟਾਈਮ ਨਹੀਂ ਹੈਗਾ ਕਿ ਕਾਉਂਸਲਿੰਗ ਬਹੁਤੀ ਕੀਤੀ ਜਾਵੇ ਜੀ ਹਾਂਜੀ ਉਹ ਉਹਨਾਂ ਨੂੰ ਫ੍ਰੀडम ਦੇਣਾ ਸਾਡੀ ਨੈਤਿਕ ਜ਼ਿੰਮੇਵਾਰੀ ਵੀ ਹੈ ਔਰ ਦੂਸਰੇ ਪਾਸੇ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਬੀਇੰਗ ਸਿੰਗਲ ਤੁਸੀਂ ਕਿਤੇ ਹਰਟ ਹੋ ਜਾਂਦੇ ਹੋ ਕਿਸੇ ਗੱਲ ਤੇ ਪਰ ਤੁਸੀਂ ਸ਼ੇਅਰ ਨਹੀਂ ਕਰ ਸਕਦੇ ਹੁਣ ਇਹਨਾਂ ਚੀਜ਼ਾਂ ਨੂੰ ਮੈਂ ਸਾਈਕੋਲੋਜੀਕਲੀ ਬੜੀ ਅੱਛੀ ਤਰ੍ਹਾਂ ਮਹਿਸੂਸ ਕਰਦੀ ਹਾਂ ਔਰ ਕਈ ਕਹਿੰਦੇ ਨੇ मैम ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਟਾਈਮ ਦਿਓ ਮੈਂ ਕਿਹਾ ਤੁਸੀਂ ਅੱਧੀ ਰਾਤੀ ਵੀ ਨਹੀਂ ਵੀ ਦਿਓ ਅੱਧੀ ਰਾਤੀ ਫੋਨ ਕਰਕੇ ਫੋਨ ਤੇ ਗੱਲ ਕਰੋ ਮੈਂ ਟਾਈਮ ਦਿਆਂਗੀ ਜੇ ਤੁਸੀਂ ਆਉਣਾ ਚਾਹੋਗੇ ਸਵੇਰੇ ਤੁਹਾਨੂੰ ਟਾਈਮ ਮਿਲ ਜਾਏਗਾ ਸੋ ਮੇਰੀ ਪੂਰੀ ਜਿਹੜੀ એનર્ਜੀ ਹੈ ਉਹ ਮਤਲਬ preference ਨੰਬਰ 1 ਵਿੰਡੋਸ ਤੇ ਹੈ ਜੀ ਉਹ ਭਾਵੇਂ ਕਲੋਨੀ ਦੀ ਇੱਕ ਔਰਤ ਹੋਵੇ ਭਾਵੇਂ ਇੱਕ ਅਮੀਰ ਘਰਾਨੇ ਦੀ ਔਰਤ ਹੋਵੇ ਜੀ ਹਰ ਔਰਤ ਵਾਸਤੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜੁਆਇੰਟ ਫੈਮਲੀਆਂ ਦੇ ਫੈਮਲੀ ਦੇ ਵਿੱਚ ਤੁਸੀਂ ਆਏ ਜਿਹੜਾ ਪਰਿਵਾਰ ਬੜਾ ਵੱਡਾ ਸੀ ਤੁਸੀਂ ਉਸ ਪਰਿਵਾਰ ਦੇ ਵਿੱਚ ਆ ਕੇ ਅਡਜਸਟ ਹੋਏ ਕੀ ਤੁਸੀਂ ਅੱਜ ਨਹੀਂ ਸੋਚਦੇ ਕਿ ਜਿਹੜੀਆਂ ਉਹ ਜੁਆਇੰਟ ਫੈਮਲੀਆਂ ਟੁੱਟ ਚੁੱਕੀਆਂ ਹਨ ਪਰਿਵਾਰ ਹੈ ਜਿਹੜੇ ਨਿਊਕਲਰ ਹੋ ਗਏ ਹੈ ਉਹਦੇ ਕਰਕੇ ਅਗਲੀ ਪੀੜੀ ਦੇ ਵਿੱਚ ਜਿਹੜੀ ਹੈ ਨੈਤਿਕ ਜ਼ਿੰਮੇਵਾਰੀਆਂ ਜਾਂ ਉਹਨੂੰ ਕਹਿ ਸਕਦੇ ਹੋ ਉਹ ਸਿੱਖਿਆ ਜਿਹੜੀ ਨਹੀਂ ਮਿਲਦੀ ਜਿਹੜੀ ਪਹਿਲਾਂ ਮਿਲਦੀ ਸੀ ਬਿਲਕੁਲ ਠੀਕ ਹੈ 100% ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਜਦੋਂ ਅਸੀਂ ਮੇਰਾ ਵਿਆਹ ਹੋਇਆ ਤੇ 9 ਪੈਨਪ੍ਰਾਸੀ ਜਿਹਦੇ ਵਿੱਚ ਕਿੰਦਾ ਵਿਆਹ ਹੋ ਚੁੱਕਿਆ ਸੀ ਤੇ 6 ਦਾ ਔਰ ਮਦਰ ਇਨ ਲਾ ਬਿੱਡੋ ਸੀ ਜੀ ਲੁਧਿਆਣੇ ਨੂੰ ਮੇਰੇ ਹਸਬੰਡ ਬਿਲੋਂਗ ਕਰਦੇ ਸੀ ਤੇ ਸ਼ੀ ਵਾਸ ਅ ਵੈਰੀ ਡਿਗਨੀਫਾਈਡ ਲੇਡੀ लेकिन यह सी कि मन के असी चलते सी कि जो भाव जी ने कह दिता असी वो है असी इस मन न ही इन्ना टाइम कटिया भावें इधर उधर ट्रांसफरस होते लेकिन एक कट्ठे बैठ के गटविया व्डिया व्डिया भर के जग भर के चाह रखना और गलास स्टील दे रखने और एने चुल्ले रोटी बन रही है और अस नाल, नाल बैठ के खा रहे हैं ਉਹ ਵਾਲਾ ਆਨੰਦ ਤੇ ਹੁਣ ਹੈ ਹੀ ਨਹੀਂ ਹੈ। ਜੀ। ਬੱਚਿਆਂ ਦੇ ਜੇਕਰ ਤਿੰਨ ਬੱਚੇ ਨੇ, ਗ੍ਰੈਂਡਚਿਲड्रन ਨੇ, ਹਸਬੰਡ ਵਾਈਫ ਨੇ ਤੇ ਤਿੰਨਾਂ ਦੀ ਚੁਆਇਸ ਅਲੱਗ ਹੈ। ਉਹ ਵਾਲੀਆਂ ਬਰਕਤਾਂ, ਉਹ ਵਾਲਾ ਸਾਥ, ਉਹ ਵਾਲਾ ਸਕੂਨ, ਉਹ ਵਾਲੇ ਹਾਸੇ ਜੋ ਅਸੀਂ ਵਿਆਹ ਤੋਂ ਬਾਅਦ ਵੱਡੇ ਫੈਮਿਲੀ ਦੇਖੇ ਨੇ ਹੁਣ ਸਾਡੇ ਵਿੱਚੋਂ ਨਹੀਂ ਹੈ। ਨਹੀਂ ਰਹੀ। ਨਹੀਂ ਰਹੀ। ਕਿ ਇਹ ਨੈਤਿਕ ਕਦਰਾਂ-ਕੀਮਤਾਂ ਦੀ ਘਾਟ ਕਰਕੇ ਅੱਜ ਖਾਸ ਕਰਕੇ ਜੇ ਆਪਾਂ ਸਮਾਜ ਦੇ ਵਿੱਚ ਦੇਖ ਰਹੀਏ ਬਹੁਤ ਸਾਰੇ ਜਿਹੜੇ ਬਜ਼ੁਰਗ ਹੈ ਉਹ ਜਾਂ ਤਾਂ ਇਕੱਲੇ ਰਹਿ ਰਹੇ ਹੈ ਜਾਂ ਉਹ 올ਡੇਜ ਹੋਮ ਦੇ ਵਿੱਚ ਹੈ ਬਿਲਕੁਲ ਠੀਕ ਹੈ ਔਰ ਮੈਂ 올ਡੇਜ ਹੋਮ 15 ਨਾਲ ਬਹੁਤ ਜ਼ਿਆਦਾ ਜੁੜੀ ਹੋਈ ਆ 43 ਹੋਮ ਚ ਵੀ ਜਾਂਦੀ ਆ 43 ਵਿੱਚ ਅਮੀਰ ਆਦਮੀ ਨੇ ਤੇ ਇਹਦੇ ਵਿੱਚ 15 ਵਿੱਚ ਸਾਡੇ ਵਰਗੇ ਬੈਡਰ ਕਲਾਸ ਬੰਦੇ ਉਹਨਾਂ ਨਾਲ ਇਸ ਕਰਕੇ ਜੁੜੀ ਹੋਈ ਆ ਕਿ ਜਿਹੜੇ ਵਿੰਡੋਸ ਨੇ ਜਿਹੜੇ ਸਿੰਗਲ ਨੇ ਇੱਕ ਪਾਸੇ ਆਦਮੀ ਨੇ ਇੱਕ ਪਾਸੇ ਔਰਤਾਂ ਰਿੰਦੀਆਂ ਨੇ ਉਹਨਾਂ ਦੀਆਂ ਪ੍ਰੋਬਲਮਸ ਸੁਣੀਆਂ ਦਾ ਤੇ ਉਹਨਾਂ ਨੂੰ ਇਹ ਕਹੀ ਦਾ ਕਿ ਘਰ ਤੁਹਾਨੂੰ ਟਾਈਮ ਸਿਰ ਕੋਈ ਰੋਟੀ ਪੁੱਛੇ ਨਾ ਪੁੱਛੇ ਉਹਨਾਂ ਦੀ ਸ਼ਿਕਾਇਤ ਇਹ ਹੁੰਦੀ ਕਿ ਸਾਨੂੰ ਘਰੋਂ ਕੱਢਿਆ ਗਿਆ ਮੈਂ ਉਹਨਾਂ ਨੂੰ ਇਹ ਕਹਨੀ ਆ ਕਿ ਬlesing ਇਨ ਡਿਸਗਾਇਸ ਹੈ ਕਿ ਤੁਸੀਂ ਘਰੋਂ ਬਾਹਰੋਂ ਅਸਿਸਟੈਂਟ ਬਣੀ ਹੋਈ ਹੈ ਤੁਹਾਡੀ ਸੇਵਾ ਵਾਸਤੇ ਬੈਠ ਕੇ ਤੁਹਾਨੂੰ ਚਾਹ ਮਿਲਦੀ ਹੈ ਬੈਠ ਕੇ ਤੁਹਾਨੂੰ ਦੁੱਧ ਮਿਲਦਾ ਬ੍ਰੈਕਫਾਸਟ ਅੱਛਾ ਮਿਲਦਾ ਲਾਂਚ ਮਿਲਦਾ ਹੈ ਰਹਿਣ ਦੀ ਜਗ੍ਹਾ ਹੈ ਫ੍ਰੀ ਤੁਸੀਂ ਰਹਿ ਰਹੇ ਹੋ ਔਰ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਵਾਲੇ ਵਾਲਿਆਂ ਦاتے ਮੈਂ ਇਹ ਕਹਿੰਨੀ ਆ ਮੇਰਾ ਇਹ ਇੱਕ ਦੋ ਵਾਰੀ ਗੱਲ ਵੀ ਹੋਈ ਆ ਜੀ ਕਿ ਇੱਥੇ ਸੀਨੀਅਰ ਸਿਟੀਜ਼ਨ ਹੋਮ ਮੈਕਸਿਮਮ ਚੰਡੀਗੜ੍ਹ ਮੋਹਾਲੀ ਛੁਣੇ ਚਾਹੀਦੇ ਸਾਰੇ ਸ਼ਹਿਰਾਂ ਛੁਣੇ ਚਾਹੀਦੇ ਉੱਥੇ ਤੁਹਾਡੀ ਆਪਣੀ ਸੋਚ ਦੇ ਹਮ ਉਮਰ ਬੰਦਿਆਂ ਦਾ ਜਿਹੜਾ ਇੱਕ ਇੱਕ ਖੁਸ਼ਬੂ ਹੈ ਇੱਕ ਗੁਲਸ਼ਨ ਹੈ ਜਿਹੜਾ ਬੜਾ ਤੁਹਾਡਾ ਆਬਾਦ ਰਹਿੰਦਾ ਹੈ ਜਿਹੜਾ ਘਰ ਵਿੱਚ ਰਹਿ ਕੇ ਸੁੰਨਾਪਨ ਹੈ ਉਸ ਤੋਂ ਮੁਕਤੀ ਮਿਲਦੀ ਹੈ ਜੀ ਹੁਣ ਸਾਡੇ ਵਰਗੇ ਬੰਦੇ ਜਿਹਨਾਂ ਇਹ ਪ੍ਰੋਗਰਾਮਸ ਆ ਜਾਂਦੇ ਨੇ ਵੇਲ ਹੀ ਨਹੀਂ ਮਿਲਦੀ ਆਪਣੇ ਵਾਸਤੇ ਵੀ ਲੇਕਿਨ ਇੱਕ ਆਮ ਔਰਤ ਜਿਹੜੀ ਸਿਰਫ ਰੋਟੀ ਬਣਾ ਕੇ ਖਾਂਦੀ ਹੈ ਤੇ ਫਿਰ ਉਹਨੂੰ ਦੇਖਦੀ ਹੈ ਕਿ ਹੁਣ 2 ਵਜੇ ਨੇ ਹੁਣ 3 ਵਜੇ ਨੇ ਉਸਤੇ ਵਾਸਤੇ ਕੀ ਹੈ ਜਿਹੜੇ ਸਿੰਗਲ ਨੇ ਜਿੰਨੇ ਜਿਆਦਾ ਸੀਨੀਅਰ ਸਿਟੀਨ ਹੋ ਮੈਂ ਵਿਜ਼ਿਟ ਕਰਦੀ ਰਹਿੰਦੀ ਆ ਔਰ ਉਹ ਬਨਨ ਔਰ ਮੀਡਲ ਕਲਾਸ ਵਾਸਤੇ ਜਿਆਦਾ ਬਨਨ ਠੀਕ ਅਮੀਰਾਂ ਵਾਸਤੇ ਨਹੀਂ ਮੀਡਲ ਕਲਾਸ ਵਾਸਤੇ ਗਰੀਬਾਂ ਵਾਸਤੇ ਬਨਨ ਉੱਥੇ ਜਾ ਕੇ ਇਸਰਾ ਅਸੀਂ ਲੋਕ ਸੇਵਾ ਬਸਤੇ ਜਾਂਦੇ ਆ 올ਡੇਜ ਹੋਮ 15 ਜਾਂਦੇ ਆ ਤੇ ਮੈਂ ਉਹਨਾਂ ਨੂੰ ਇਹ ਕਹਿੰਨੀ ਆ ਕਿ ਤੁਸੀਂ ਰਾਜ ਕਰ ਰਹੀਆਂ ਉਹ ਇੱਥੇ ਬੈਠੀਆਂ ਜੀ ਬੱਚੇ ਨਹੀਂ ਮਿਲਣ ਦੇ ਲਈ ਆਤੇ ਮੈਂ ਕਿ ਕੋਈ ਨਹੀਂ ਆ ਜਾਣਗੇ ਐ ਸਾਰੇ ਹੈ ਇੱਕ ਮੈਨੇਜਰ ਹੈ ਬੜੀ ਸਵੀਟ ਜੀ ਲੜਕੀ ਹੈ ਉਹਨੇ ਇੱਕ ਆਦਮੀ ਵੀ ਕਿ ਨਾ ਆਇਆ ਤੇ ਸੇਵਾ ਪੂਰੀ ਹੁੰਦੀ ਹੈ ਮੈਂ ਕਹਿੰਦੀ ਇੱਥੇ ਕੋਈ ਕਮੀ ਨਹੀਂ ਸਨੇਹਾ ਲੈ ਜਾਈਦਾ ਯਤਿਮ ਬੱਚਿਆਂ ਨੂੰ ਇੰਨਾ ਸੋਹਣੀ ਤਰ੍ਹਾਂ ਰਾਤ ਦੇ ਟਾਈਮ ਮੈਂ ਜਾ ਕੇ ਦੇਖਿਆ ਕਿ ਉੱਥੇ ਟੀਚਰਸ ਰੱਖੇ ਆ ਪੜਾ ਰਹੇ ਨੇ ਜੀ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਚੰਡੀਗੜ੍ਹ ਦਾ ਕਮਾਲ ਦਾ ਕੰਮ ਕਰ ਔਰ ਇਹ ਜਿਹੇ ਚੀਜ਼ਾਂ ਮੈਕੈਨਿਕ ਇਹੋ ਜਿਹਾ ਹੋਵੇ ਤੇ ਅਸੀਂ ਬੱਚਿਆਂ ਨੂੰ ਛੋੜ ਕੇ ਵੀ ਮੈਕਸਿਮਮ ਟਾਈਮ ਉੱਥੇ ਦੀ ਜੀ ਕੀ ਤੂੰ ਸੋਚਦੇ ਹੋ ਕਿ ਜਿਸ ਤਰ੍ਹਾਂ ਆਪਾਂ ਦੇਖੀਏ ਕਿ ਸਮਾਜ ਦੇ ਵਿੱਚ ਸਰਕਾਰ ਵੱਲੋਂ ਉਨੀ ਸਹੂਲਤ ਨਹੀਂ ਦਿੱਤੀ ਜਾ ਰਹੀ ਜਿੰਨਾ ਕਿ ਸੋਸ਼ਲ ਸੁਸਾਇਟੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਉਹ ਇਹ ਸਾਂਭਾਲ ਕਰਦੀਆਂ ਸਰਕਾਰ ਨੂੰ ਵੀ ਕੀ ਨਹੀਂ ਸੋਚਦੇ ਕਿ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਹੁਣ ਉਹ ਸਮੇਂ ਦੇ ਨਾਲ ਉਹ ਬਦਲਾਵ ਆ ਗਿਆ ਸੋਸਾਇਟੀ ਦੇ ਵਿੱਚ ਕਿ 올ਡ ਏਜ ਏਜ ਹੋਮ ਵੀ ਜ਼ਰੂਰਤ ਬਣ ਗਿਆ ਬਿਲਕੁਲ ਇੱਕ ਦਰਹਾਹੇ ਹੈਗਾ ਦਰਹਾਹੇ ਇੱਕੋ ਹੀ ਹੈਗਾ ਸੀਨੀਅਰ ਸਿਟੀਜ਼ਨ ਹੋਮ ਕਦੇ ਮੌਕਾ ਮਿਲੇ ਤੇ ਦੇਖ ਕੇ ਆਣਾ ਜੀ ਉੱਥੇ ਫਾਈਵ ਸਟਾਰ ਹੋਟਲ ਦੀ ਫੈਸਿਲਿਟੀ ਹੈ ਠੀਕ 15000 ਇੱਕ ਬੰਦੇ ਕੋ ਲੈਂਦੇ ਨੇ ਠੀਕ ਸਵੇਰੇ ਫਰਸਟ ਕਲਾਸ ਤੁਹਾਨੂੰ ਬੈਠੀ ਨਾਸ਼ਤਾ ਲਾਂਚ ਡਿਨਰ ਸਾਰਾ ਕੁਝ ਉਹੀ ਅਮਰੀਕਨ ਹੈ ਅਮ ਬੰਦਾ ਜਿਸ ਨੇ ਉਹ ਚਲਾਇਆ ਹੋਇਆ ਹੈਵਨਲੀ ਪੈਲੇਸ ਜਿਸ ਤੋਂ ਮੈਂ ਦੇਖਿਆ ਕਿ ਤੁਸੀਂ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ ਦੇ ਵਿੱਚ ਵੀ ਰਹੇ ਹੋ ਤੁਸੀਂ ਇਹ ਔਮਨ ਐਂਡ ਚਾਈਲਡ ਵੈਲਫੇਅਰ ਐਸੋਸੀਏਸ਼ਨ ਬਣਾਈ ਹੈ ਇਹਦੇ ਵਿੱਚ ਕਿੰਨੇ ਕੁ ਲੋਕ ਕਿੰਨੇ ਕੁ ਤੁਹਾਡੇ ਨਾਲ ਸਾਥੀ ਚਲੇ ਰਹੇ ਹੈ ਅਬਾਊਟ 350 ਮੈਂਬਰਸ ਹੈਗੇ ਨੇ ਜੀ ਔਰ ਤਕਰੀਬਨ 50 ਤੋਂ ਲੈ ਕੇ 60 ਅਸੀਂ ਇੱਕ ਵਾਰੀ ਵਿੱਚ ਇਕੱਠੇ ਹੁੰਦੇ ਹਾਂ ਡਿਫਰੈਂਟ ਡਿਫਰੈਂਟ ਇਸ ਤਰ੍ਹਾਂ ਹਮ ਸੋਸ਼ਲ ਸਰਵਿਸ ਕਰਨੀ ਆ ਤੇ ਦੋ ਚਾਰ ਅਸੀਂ ਰਲ ਕੇ ਜਿਸ ਸਪੋਜ਼ ਮੈਂ ਕੱਤਰ ਸੈਕਟਰ ਵੱਲ ਜਾਣਾ ਤੇ ਕੱਤਰ ਦੇ ਬੰਦਿਆਂ ਨੂੰ ਫੋਨ ਕਰ ਦਿੰਦੀ ਆ ਕਿ ਲੇਡੀਜ਼ ਨੂੰ ਆ ਜਾਓ ਤੁਸੀਂ ਉੱਥੇ ਮਟੋਰ ਚੱਲੀਏ ਜੇ ਉੱਥੇ 10 ਫੇਸ ਬੋਲ ਹੈਗਾ ਤੇ ਉਸ ਪਾਸੇ ਦੇ ਲੋਕਾਂ ਨੂੰ ਕਹ ਆ ਦਿੰਦੀ ਆ ਸੋਸ਼ਲ ਵਰਕ ਪਾਸ ਤੇ ਨਿਕਲ ਜਾਈਦਾ ਤੇ ਬੱਸ ਅਸੀਂ 1 ਮਿੰਟੇਜ ਕਈ ਵਾਰੀ 2 ਮਿੰਟੇਜ ਗੈਟ ਟੂਗੇਦਰ ਰੱਖਣਾ ਹੀ ਰੱਖਣਾ ਹੁੰਦਾ ਬਾਕੀ ਜਿਸ ਵੇਲੇ ਕੋਈ 7-8 ਬੰਦਿਆਂ ਦਾ ਆ ਜਾਂਦਾ ਕਿ ਚਲੋ ਇਕੱਠੇ ਹੋਈਏ ਤੇ ਅਸੀਂ ਉੱਥੇ ਗੋਲਡਨ ਬੈਲ ਪਬਲਿਕ ਸਕੂਲ ਦੇ ਕਰਨਲ ਸੀਐਸ 바ਵਾ ਨੇ ਉਹ ਪੈਟਰਨ ਨੇ ਸਾਡੇ ਇੱਕ ਆਰਲਸ ਆਰ ਐਮਐਸਸ ਦੇਵਾ ਜੀ ਨੇ ਇੰਡਸਟਰੀਸ ਨੇ 3 ਬੀਵਾਂਜ ਇਹ ਦੋਨੋਂ ਸਾਡੇ ਪੈਟਰਨ ਹੈਗੇ ਨੇ ਔਰ ਅਸੀਂ ਬੜਾ ਇੱਕ ਅੱਛਾ ਪਰਿਵਾਰ ਫੀਲ ਕਰਦੇ ਆਂ ਹਰ ਦੁੱਖ ਸੁੱਖ ਸਾਂਝਾ ਕਰਦੇ ਆ ਤੇ ਇਹ ਬਹੁਤ ਹੀ ਹੈਲਦੀ ਆ ਜੀ ਬਾਕੀ ਐਸੋਸੀਏਸ਼ਨ ਨਾਲ ਵੀ ਜੁੜੀ ਹੋਈ ਆ ਜਿੱਥੇ ਕੋਈ ਪ੍ਰੋਬਲਮ ਹੈ ਜਿਸ ਵੇਲੇ ਕੋਈ ਬੁਲਾਉਂਦਾ ਹੈ ਜਿੰਨਾ ਟਾਈਮ ਕੱਢ ਸਕਦੇ ਆ ਤੁਸੀਂ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਲਾਈਫ ਆਪਣੀ ਸਮਾਜ ਸੇਵਾ ਦੇ ਵਿੱਚ ਲਾਈਏ ਕੀ ਕੋਈ ਅਜਿਹੀ ਘਟਨਾ ਤੁਹਾਨੂੰ ਯਾਦ ਹੈ ਜਿਹੜੀ ਸਮਾਜ ਸੇਵਾ ਕਰਦਿਆਂ ਉਹ ਅੱਜ ਵੀ ਜਿਹੜਾ ਦਿਲ ਨੂੰ ਟੁੰਬਦੀ ਹੈ ਕਿ ਜਿੰਦੇ ਨਾਲ ਬੜਾ ਸਕੂਨ ਮਿਲਿਆ ਹੋਵੇ ਵਾਕਿਆ ਤੁਸੀਂ ਸੋਸਾਇਟੀ ਦੀ ਸੇਵਾ ਕਰਦੇ ਪਏ ਹੋ ਮੈਂ ਜਿਹੜੇ ਦੋ ਪਲੇਸਸ ਨੇ ਇੱਕ ਤੇ 15 ਵੋਲਟੇਜ ਹੋ ਜੀ ਜਦੋਂ ਐਂਟਰ ਹੋਏ ਦਾ ਤੇ ਉਹਨਾਂ ਦਾ ਚਿਹਰੇ ਤੇ ਖੇੜਾ ਦੇਖੇ ਦਾ ਜੀ ਤੇ ਮੈਨੂੰ ਲੱਗਦਾ ਹੈ ਕਿ ਮੈਂ ਗੁਰਦੁਆਰੇ ਪਹੁੰਚ ਗਈ ਹਾਂ ਠੀਕ ਜਦੋਂ ਉਹਨਾਂ ਦੇ ਅਥਰੂ ਪੁੰਜੀ ਦਾ ਜਦੋਂ ਉਹਨਾਂ ਦੀ ਗੱਲ ਸੁਣੀ ਦਾ ਹੁਣ ਇਹ ਚੀਜ਼ ਕਹਿੰਦੇ ਕਹਿੰਦੇ ਮੈਨੂੰ ਕਿੰਨੇ ਸਾਲ ਹੋ ਗਏ ਨੇ ਕਿ ਸਾਨੂੰ ਤੇ ਦੇਖੋ ਘਰ ਸਾਰਾ ਕੰਮ ਕਰਨਾ ਪੈਂਦਾ ਤੁਸੀਂ ਤੇ ਸਾਡਾ ਬਹੁਤ ਚੰਗੇ ਹੋ ਕਹਿੰਦੇ ਤੁਸੀਂ ਇੱਥੇ ਆ ਜਾਓ ਸੀਗੇ ਬੱਚੇ ਨੇ ਸਾਨੂੰ ਛੱਡ ਦੇ ਜੀ ਹਾਂਜੀ ਹੁੰਦਾ ਹਸਬੈਂਡ ਦੀ ਡੈਥ ਤੋਂ ਬਾਅਦ ਬੜੀ ਬੜੀ ਹੋਇਆ ਕਿ ਚਲੋ ਕਿਸੇ ਸਸਤੀ ਜਗ੍ਹਾ ਜਾਈਏ ਜਿੱਥੇ ਸੀ ਮੇ 올ਡ ਏਜ ਹੋਮ ਹੈ ਜੀ ਉੱਥੇ ਜਾ ਕੇ ਸੇਵਾ ਕਰੀਏ ਸਾਰੇ ਕੋ ਜਿਹੇ ਹਨ ਪਰ ਉਹ ਫਿਰ ਬੱਚੇ ਕੋ ਬੱਚਿਆਂ ਦੇ ਵੀ ਤੇ ਫਾਦਰ ਗਏ ਹੈ ਲਾਸ ਤੇ ਉਹਨਾਂ ਦਾ ਵੀ ਬੜਾ ਵੱਡਾ ਹੈ ਜੀ ਤੇ ਜੇ ਮਦਰ ਵੀ ਨਿਕਲ ਜਾਏ ਤੇ ਫਿਰ ਕੋਈ ਗੱਲ ਨਹੀਂ ਬਣਦੀ ਜੀ ਤੇ ਸਕੂਨ ਬੜਾ ਮਿਲਦਾ ਜਦੋਂ ਉਹਨਾਂ ਨੂੰ ਚੁੱਪ ਕਰਾਈਦਾ ਫਿਰ ਤੇ ਕੈਦਾ ਦੇਖੋ ਇਹਨੀਆਂ ਸੇਵਾਦਾਰ ਸੇਵਕਾਂ ਆ ਅੱਗੇ ਪਿੱਛੇ ਨੇ ਤੁਹਾਡੇ ਤੇ ਮੈਂ ਤੇ ਇਹ ਕਵਾਂਗੀ ਕਿ ਬਾਰ-ਬਾਰ ਕੀ ਸੀਨੀਅਰ ਸਿਟੀਨ ਹੋਮਸ ਜਿੰਨੇ ਤੁਸੀਂ ਬਣਾ ਸਕਦੇ ਹੋ ਮੰਦਿਰ ਗੁਰਦੁਆਰੇ ਇਹੀ ਨੇ ਠੀਕ ਤੁਸੀਂ ਉੱਥੇ ਹੈਵਨਲੀ ਪੈਲੇਸ ਵਿੱਚ ਦੁਰਾਹੇ ਮੈਂ ਜਾਂਦੀ ਆ ਤੇ ਮੇਰਾ ਦਿਲ ਉੱਥੇ ਬੜਾ ਹੁੰਦਾ ਉੱਥੇ ਦੀ ਕਹਿੰਦੇ ਸੀ ਇੱਥੇ ਆਓ ਐਸ ਕਾਉਂਸਲਰ ਆ ਜੋ ਕੰਮ ਕਰੋ ਤੁਸੀਂ ਇੱਥੇ ਸਾਡੇ ਨਾਲ ਸਣਾ ਪਰ ਉਹੀ ਹੈ ਕਿ ਬੱਚਿਆਂ ਦਾ ਜਿਹੜਾ ਇੱਕ ਸਵੀਟ ਬੰਧਨ ਹੈ ਮੈਂ ਤੇ ਕਹਾਂਗੀ ਕਿ ਬੌਂਡ ਬੜਾ ਸਵੀਟ ਹੈ ਕਿਉਂਕਿ ਬੱਚੇ ਬੱਚਿਆਂ ਦੇ ਅੱਗੇ ਬੱਚੇ ਵੱਡੇ ਸਾਰੇ ਨੇ ਲੇਕਿਨ ਆਈ ਨੀਡ देम ਦੇ ਨੀਡ ਮੀ ਕਰਦੇ ਕਰਦੇ ਇਸ ਤਰ੍ਹਾਂ ਨਹੀਂ ਹੁੰਦਾ ਕਿ ਪਰਿਵਾਰ ਵਾਲੇ ਕਿਤੇ ਕਿੰਤੂ ਪ੍ਰਿੰਤੂ ਕਰਦੇ ਹੋ ਉਹਨਾਂ ਕੇ ਸਾਡੇ ਲਈ ਟਾਈਮ ਘਟ ਕਰਦੇ ਸੋਸ਼ਲ ਕੰਮਾਂ ਲਈ ਜ਼ਿਆਦਾ ਤੁਸੀਂ ਵੀ ਜੀ ਰਹੇ ਨੇ ਮੇਰਾ ਬੇਟਾ ਬਹੁਤ ਖੁਸ਼ ਹੈ ਜੀ ਕਹਿੰਦੇ ਮਮਾ ਤੁਹਾਡੇ ਕੋਲ ਉੱਤੇ ਬੈਡਰੂਮੇ ਹੁੰਦਾ ਤੇ ਕਹਿੰਦੇ ਮਮਾ ਫੋਨ ਕਰਕੇ ਆਣਾ ਪੈਂਦਾ ਅਪਾਇੰਟਮੈਂਟ ਲੈਣੀ ਪੈਂਦੀ ਹੈ ਕਿ ਤੁਸੀਂ ਘਰ ਹੈਗੇ ਹੋ ਕਿਉਂਕਿ ਮੈਂ ਜੇ ਐਵਰੀ ਟਾਈਮ ਦੱਸਾਂ ਮੈਨੂੰ ਕਿਸ ਵੇਲੇ ਕਿੱਧਰ ਫੋਨ ਆ ਜਾਣਾ ਕਿਤੇ ਮੈਂ ਕਾਰ ਕੱਢਣੀ ਹੈ ਔਰ ਤੇ ਨਿਕਲ ਜਾਣਾ ਫਿਰ ਮੈਂ ਫੋਨ ਤੇ ਹੀ ਮਿਲਦੀ ਆ ਕਿ ਮੈਂ ਹੁਣ ਕਿੱਥੇ ਆ ਮੈਂ ਕਿੰਨੇ ਵਜੇ ਆਵਾਂਗੀ ਕਿ ਮੇਰਾ ਨਾ ਜਾਣ ਦਾ ਟਾਈਮ ਹੈ ਨਾ ਆਂਦਾ ਟਾਈਮ ਹੈ ਸਵੇਰੇ ਅੱਖ ਖੁੱਲਣ ਤੋਂ ਬਾਅਦ ਰਾਤੀ ਸੌਂ ਤੱਕ ਮੈਨੂੰ ਨਹੀਂ ਪਤਾ ਹੁੰਦਾ ਕੁਝ ਤੇ ਫਿਕਸਡ ਪ੍ਰੋਗਰਾਮ ਹੁੰਦੇ ਨੇ ਕਿ ਇਹ ਡੇਟਸ ਨੇ ਆਏ ਤੇ ਜਿਹੜੇ ਅਚਾਨਕ ਆ ਜਾਂਦੇ ਨੇ ਨਾ ਨਹੀਂ ਹੁੰਦੀ ਜੀ ਕਿਉਂਕਿ ਜਿੱਥੇ ਸੋਸ਼ਲ ਸਰਵਿਸ ਦਾ ਸਵਾਲ ਹੈ ਜਿੰਨੀ ਇੱਕ ਮੇਰੀ ਜਾਨ ਹੈ ਕਈ ਵਾਰੀ ਮੈਂ ਆਪਣੇ ਹੈਲਥ ਨਾਲ ਵੀ ਇਨਜਸਟਿਸ ਕਰ ਜਾਂਦੀ ਆ ਤੇ ਲੇਕਿਨ ਬੱਚੇ ਬਹੁਤ ਖੁਸ਼ ਨੇ ਕਿ ਮਮਾ ਉਹ ਵੀ ਹੁੰਦੇ ਨੇ ਜਿਹੜੇ ਰੋ ਰੋ ਕੇ ਐਵੇਂ guzare ਕਰੀ ਜਾਂਦੇ ਨੇ ਪਰ ਤੁਸੀਂ ਬੜਾ ਅੱਛਾ ਇੱਕ ਜੀਵਨ ਬਿਤਾ ਰਹੇ ਹੋ ਅਸੀਂ ਖੁਸ਼ ਜੀ ਮਿਲਣ ਵਾਸਤੇ ਸਵੇਰੇ ਸ਼ਾਮ ਬੜਾ ਤੁਸੀਂ ਬਹੁਤ ਵਧੀਆ ਸਮਾਜ ਦੇ ਲਈ ਕੰਮ ਕਰ ਰਹੇ ਹੋ ਸਮਾਜ ਦੇ ਲਈ ਇੱਕ ਤਰ੍ਹਾਂ ਦੀ ਦੇਣ ਹੈ ਤੁਸੀਂ ਜਿਹੜੇ ਤੁਹਾਡੇ ਨਾਲ ਦੇ ਹੋਰ ਵੀ ਸਾਥੀ ਜਿਨ੍ਹਾਂ ਜਿਹੜੇ ਅੱਜ ਵੀ ਘਰ ਬੈਠੇ ਜਿਹੜਾ ਆਪਣਾ ਸਮਾ ਜਿਹੜਾ ਉਦਾਸੀ ਦੇ ਵਿੱਚ ਇਕੱਲੇ ਪੰਚਪਤੀਤ ਕਰ ਰਿਹਾ ਹੈ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਵਾਸਤੇ ਤੇ ਹੀ ਹੈ ਅੱਬਲ ਤੇ ਮੈਂ ਜਿੱਥੇ ਕੋਈ ਮੈਨੂੰ ਕੋਈ ਸ਼ਿਕਾਇਤ ਕਰਦਾ ਮੈਂ ਕਹਿੰਦੇ ਨੇ ਆਜੋ ਜੀ ਚਲੋ ਉੱਥੇ ਚਲੀਏ ਚਲੋ ਉੱਥੇ ਚਲੀਏ ਨਾਲ ਲੈ ਲੈ ਜਾ ਦੇ ਨੀਤੇ ਉਹਨਾਂ ਨੂੰ ਇਹ ਕਹਿਦਾ ਕਿ ਬੱਚਿਆਂ ਨੂੰ ਆਪਣਾ ਦੁੱਖ ਨਹੀਂ ਦੱਸਣਾ ਆਪਣੇ ਦੁੱਖ ਦਾ ਇਲਾਜ ਆਪ ਕਰਨਾ ਕਟੋ-ਕਟ ਬੱਚਿਆਂ ਦੇ ਵਿੱਚ ਇੰਟਰਫੇਅਰ ਕਰੋ ਆਪਣੇ ਲਾਈਫ ਗੁਰਦੁਆਰੇ ਜਾਓ ਮੰਦਿਰ ਜਾਓ ਪਾਰਕਸ ਵਿੱਚ ਜਾਓ ਆਪਣੇ ਤੋਂ ਵੱਧ ਦੁਖੀ ਦੇਖੋ ਫਿਰ ਅਸੀਂ ਬੜੇ ਸੁਖੀ ਹਾਂ ਜੀ ਵਾਹਿਗੁਰੂ ਜੀਆ ਇਹ ਦੇਖੀਏ ਕਿ ਜਿਹੜੀ ਉਹਨਾਂ ਦੀ ਦਾਤ ਹੈ ਉਹ ਕਿੰਨੀ ਵੱਡੀ ਹੈ ਇਹ ਛੋਟੇ-ਛੋਟੇ ਦੁੱਖ ਆਂਦੇ ਨੇ ਇੱਕ ਝੌਂਕੇ ਵਾਂਗੂ ਤੇ ਚਲੇ ਜਾਂਦੇ ਨੇ ਕبھی ਕਿਸੇ ਕੋ ਮੁਕਮਲ ਜਹਾਂ ਨਹੀਂ ਮਿਲਦਾ ਕਹੀਂ ਜ਼ਮੀਂ ਤੇ ਕਹੀਂ ਆਸਮਾਨ ਨਹੀਂ ਮਿਲਦਾ ਤੇਰੇ ਜਹਾਂ ਮੈਂ ਐਸਾ ਤੋਂ ਨਹੀਂ ਕਿ ਪਿਆਰ ਨਹੀਂ ਜਹਾਂ ਉਮੀਦ ਹੋ ਇਸ ਕੀ ਵਾਹ ਨਹੀਂ ਬਹੁਤ ਖੂਬ ਕੀ ਤੁਸੀਂ ਸੋਚਦੇ ਹੋ ਕਿ ਅੱਜ ਜਿਹੜੇ ਬੱਚੇ ਐ ਉਹਨਾਂ ਨੂੰ ਬਜ਼ੁਰਗਾਂ ਦੇ ਤਜਰਬੇ ਤੋਂ ਉਹਨੂੰ ਕੁਝ ਸਿੱਖਣਾ ਚਾਹੀਦਾ ਇੱਕ ਤਰ੍ਹਾਂ ਦੀ ਉਹ ਐਫ ਡੀ ਐ ਜਿਹੜੀ ਤੁਹਾਡੇ ਕੋਲ ਉਹਨੂੰ ਸਾਂਭੰਦੀ ਲੋੜ ਹੈ ਉਹਨੂੰ ਦਰਕਨਾਰ ਕਰਨ ਦੀ ਲੋੜ ਨਹੀਂ ਹੈ ਮੈਨੂੰ ਲੱਗਦਾ ਜੋ ਅਸੀਂ ਸਿੱਖਿਆ ਹੈ ਜਾਂ ਅਸੀਂ ਜੋ ਇਸ ਮਾਹੌਲ ਵਿੱਚ ਬਜ਼ੁਰਗਾਂ ਦੇ ਵਿੱਚ ਰਹੇ ਹਾਂ ਉਹ ਚੀਜ਼ ਫੁੰਢੀ ਹੁਣ ਬੱਚੇ ਮੈਨੂੰ ਪਰਸਨਲੀ ਆਪਣੇ ਬੱਚੇ ਬੜੇ ਹੀ ਕੇਰਿੰਗ ਬੱਚੇ ਹੈਗੇ ਨੇ ਜੇ ਮੈਂ ਇਹ ਕਵਾਂ ਕਿ ਹਸਬੰਡ ਤੋਂ ਬਾਅਦ 25 ਸਾਲ ਇੱਕ ਮੇਰੀ ਬੇਟੀ ਵੀ ਹੈ ਜੀ ਸ਼ੀ ਜ਼ੁਰਦੂ ਪੋਇਟਿਸ ਜੀ ਔਰ ਮੈਂ ਆਪਣੇ ਬੱਚਿਆਂ ਦੇ ਬੱਚਿਆਂ ਦਾ ਆਸਰਾ ਮੈਨੂੰ ਰੱਬ ਦਾ ਆਸਰਾ ਹੈ ਇਹ ਉਹਨਾਂ ਚੋਂ ਇੱਕ ਨੂੰ ਵੀ ਮਾਈਨਸ ਕਰੋ ਤੇ ਸ਼ਾਇਦ ਮਨੁਸਾ ਲੈਣਾ ਔਖਲ ਹੋਵੇ ਜੀ ਬਹੁਤ ਵਧੀਆ ਆਪਣੇ ਜੀਵਨ ਦਾ ਤਜਰਬਾ ਸਾਡੇ ਨਾਲ ਸਾਂਝ ਕੀਤਾ ਫਿਰ ਇੱਕ ਨਵੀਂ ਸ਼ਖਸੀਅਤ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗੇ ਤੇ ਉਹ ਧੰਨਵਾਦ